8 ਸਾਲ ਹੋ ਗਏ ਵੀਰੇ ਸਾਡੀ ਕਣਕ ਕੱਟੀ ਨੂੰ। 8 ਸਾਲ ਹੋ ਗਏ? ਹਾਂਜੀ। ਘਾਟ ਬਣਾਉਂਦੇ ਜਿੱਥੇ ਵੀ ਆਉਂਦੇ ਘਾਟ ਬਣਨੇ ਅਸੀਂ ਬਣਾਉਂਦੇ ਘਾਟ, ਤੇ ਆਂਦੇ ਨਹੀਂ ਕਣਕ ਤੁਹਾਨੂੰ ਮਿਲਦੀ ਨਹੀਂ, ਕਣਕ ਪਿੱਛੋਂ ਕੱਟੀ ਆ। ਇਹ ਕਣਕ ਇਹਨਾਂ ਨੂੰ ਕਈ ਵਾਰ ਤੇ ਪਹਿਲੀ ਤੇ ਗੱਲ ਇਹ ਆ ਵੀ ਡੀਪੂ ਵਾਲੇ ਪੂਰੀ ਨਹੀਂ ਦਿੰਦੇ, ਸਾਰਿਆਂ ਡੀਪੂਆਂ ਤੋਂ ਹੀ ਕੱਟੀ ਆ ਜੀ, ਸਾਰਿਆਂ ਡੀਪੂਆਂ ਤੋਂ ਘੱਟ ਤੋਂ ਘੱਟ 700 ਕਾਰਡ ਕੱਟਤਾ ਜੀ ਇਹਨਾਂ ਨੇ। ਗਰੀਬ ਲੋਕ ਇਹ ਤਾਂ ਫਿਰ ਇਹੋ ਹੀ ਸਮਝਦੇ ਹੋਣਗੇ ਨਾ ਵੀ ਪਤਾ ਨਹੀਂ ਕੋਈ MLA ਨੇ ਹਿੱਸਾ ਰੱਖਿਆ ਹੋਊਗਾ ਜਾਂ ਸਾਨੂੰ ਨਹੀਂ ਮਿਲਦੀ। ਜ਼ਿੰਮੇਵਾਰੀ ਤੁਹਾਡੀ ਹੈ ਜੀ, ਇਹਦਾ ਜਵਾਬ ਦੇਈ ਬਣਾਓ ਉਹਨਾਂ ਲੋਕਾਂ ਨੂੰ। ਪਹਿਲੀ ਗੱਲ ਤੁਸੀਂ ਆਪ ਆਣ ਕੇ ਵੰਡਾਓ, ਇੱਕ ਡੀਪੂ ਵਾਲੇ ਉਹਨਾਂ ਨੂੰ ਬੰਦੇ ਦੇ ਪੁੱਤ ਬਣਾਓ ਜੀ, ਇਹਨਾਂ ਨੂੰ ਕਹੋ ਜੀ ਤੁਸੀਂ ਇੰਨੇ ਤੇ ਤੁਹਾਡੇ ਪਿਓ ਦਾ ਰਾਜ ਨਹੀਂ ਗਾ ਇੱਥੇ। ਹੁਣ ਮੇਰੇ ਕੋਲ ਇੱਕ ਵੀਡੀਓ ਆਈ ਹੈ ਜੀ, ਇੱਕ ਬੰਦੇ ਨੂੰ ਉਹ ਬੋਲ ਰਿਹਾ ਜੀ ਜਾ ਮੈਂ ਤੈਨੂੰ ਨਹੀਂ ਕਣਕ ਦੇਣੀ, ਉਹਨੂੰ ਕਹੋ ਤੇਰੇ ਪਿਓ ਦਾ ਰਾਜ ਆ। ਤੁਹਾਡੀ ਪਿੱਛੋਂ ਕੱਟੀ ਆ, ਪਰਚੀ ਨੀ ਕੱਟੀ ਓਹਨਾ ਲੱਗਾ ਹੀ ਨੀ ਡੜੀ ਦੇ। ਸਾਡੀ ਕਣਕ ਕੱਟੀ ਗਈ ਆ, 4 ਜੀਆਂ ਦੀ ਕਣਕ ਆਉਂਦੀ ਤੇ ਸਾਨੂੰ ਕਣਕ ਨਹੀਂ ਦਿੱਤੀ ਉਹਨਾਂ ਨੇ, ਅਜੇ ਅੰਗੂਠਾ ਨਹੀਂ ਲੱਗਾ ਤੇ ਉਹਨਾਂ ਉਸੇ ਵੇਲੇ ਆ ਦਿੱਤਾ ਕਣਕ ਕੱਟੀ ਗਈ ਤੁਹਾਡੀ ਤੇ ਸਾਨੂੰ ਫੈਮਿਲੀ ਨਾਲ ਨਾ ਹਜੇ ਦਿਹਾੜੀਦਾਰ ਹੈਗੇ ਆ, ਸਾਸੀ ਸਿੰਘ ਆ ਅਸੀਂ। ਹਾਂ ਅਜੀ ਤੁਹਾਡਾ ਕੀ ਨਾਮ? ਮੇਰਾ ਨਾਮ ਬਿੰਦਰ ਕੌਰ ਆ, ਪਰਮਜੀਤ ਸਿੰਘ ਜੀ। ਤੇ 8 ਸਾਲ ਹੋ ਗਏ ਵੀਰੇ ਸਾਡੀ ਕਣਕ ਕੱਟੀ ਨੂੰ। 8 ਸਾਲ ਹੋ ਗਏ? ਹਾਂਜੀ। 8 ਸਾਲ ਤੋਂ ਨਹੀਂ ਮਿਲੀ? 8 ਸਾਲ ਤੋਂ ਪਹਿਲਾਂ ਕਣਕ ਮਿਲਦੀ ਰਹੀ ਆ। ਪਹਿਲਾਂ ਮਿਲਦੀ ਰਹੀ? ਹਾਂਜੀ ਹਾਂਜੀ, 6 ਜੀਆਂ ਦੀ ਕਣਕ ਮਿਲਦੀ ਹੁੰਦੀ ਸੀ ਤੇ ਇੱਕਦਮ ਹੀ ਉਹਨਾਂ ਸਾਰੀ ਕੱਟ ਦਿੱਤੀ, ਆਖ ਦਿੱਤਾ ਵੀ ਤੁਹਾਡੇ ਪਿੱਛੋਂ ਕੱਟ ਕੱਟਿਆ ਗਿਆ ਵਾ। ਉਸ ਤੋਂ ਬਾਅਦ ਤੁਸੀਂ ਗਏ ਨਹੀਂ ਕਿਸੇ ਕੋਲ? ਬੜੇ ਥਾਈਂ ਗਏ ਆ ਤੇ ਇਹੋ ਆਂਦੇ ਉੱਤੋਂ ਕੱਟੀ ਗਈ ਕਣਕ। ਹਾਂ ਕਿਸੇ ਨੇ ਸੁਣਾਈ ਨਹੀਂ ਕੀਤੀ। 8 ਸਾਲ ਬਾਅਦ ਕਈ ਵਾਰੀ ਕਾਰਡ ਬਣੇ ਆ, ਕਈ ਵਾਰੀ ਕੱਟੇ ਗਏ ਆ, ਉਦੋਂ ਬਾਅਦ ਤੁਸੀਂ ਗਏ ਨਹੀਂ? ਨਹੀਂ, ਕਾਰਡ ਬਣਾਉਂਦੇ ਜਿੱਥੇ ਵੀ ਆਉਂਦੇ ਕਾਰਡ ਬਣਨੇ ਅਸੀਂ ਬਣਾਉਂਦੇ ਕਾਰਡ, ਤੇ ਆਂਦੇ ਨਹੀਂ ਕਣਕ ਤੁਹਾਨੂੰ ਮਿਲਦੀ ਨਹੀਂ, ਕਣਕ ਪਿੱਛੋਂ ਕੱਟੀ ਆ। ਪਿੱਛੋਂ ਹੀ ਕੱਟੀ ਆ? ਹਾਂਜੀ, ਇਹ ਤਰਾਹ ਕੇ ਟਾਲ ਦਿੰਦੇ ਆ। ਮਹਾਰਾਜ ਮੈਂ ਇਹੋ ਗੱਲ ਹੀ ਕਹਿਣਾ ਚਾਹੁੰਦਾ ਜੀ, ਜਿਹੜਾ ਗਰੀਬਾਂ ਨਾਲ ਧੱਕਾ ਹੋ ਰਿਹਾ ਇਹ ਨਾ ਹੋਵੇ। ਇਹ ਕਣਕ ਇਹਨਾਂ ਨੂੰ ਕਈ ਵਾਰ ਤੇ ਪਹਿਲੀ ਤੇ ਗੱਲ ਇਹ ਆ ਵੀ ਡੀਪੂ ਵਾਲੇ ਪੂਰੀ ਨਹੀਂ ਦਿੰਦੇ, ਤੇ ਜੇ ਵਿਚਾਰਿਆਂ ਨੂੰ ਪੂਰੀ ਮਿਲ ਲੱਗਦੀ ਆ ਤੇ ਹੁਣ ਓਕਾ ਹੀ ਕੱਟਤੀ ਆ। ਆ ਸਾਰੇ ਜਿੰਨੇ ਤੁਹਾਡੇ ਸਾਹਮਣੇ ਖਲੋਤੇ ਇਹਨਾਂ ਦੀ ਕਣਕ ਕੱਟੀ ਆ, ਇਹਨਾਂ ਨਾਲ ਧੱਕਾ ਹੋ ਰਿਹਾ, ਧੱਕਾ ਨਹੀਂ ਹੋਣਾ ਚਾਹੀਦਾ। ਤੇ ਇਹ ਅਸੀਂ MLA ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਹਾਂ, ਮੈਂ MLA ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮਹਾਰਾਜ ਵੋਟਾਂ ਤੁਹਾਨੂੰ ਪਾਈਆਂ ਇਹਨਾਂ ਨੇ ਗਰੀਬਾਂ ਲੋਕਾਂ ਨੇ। ਇਹ ਡੀਪੂ ਮੇਰੇ ਹਿਸਾਬ ਨਾਲ ਹੋਣਗੇ ਕੋਈ 16-17 ਤੇ ਹੋਣਗੇ, ਤੇ ਸਾਰਿਆਂ ਡੀਪੂਆਂ ਤੋਂ ਹੀ ਕੱਟੀ ਆ ਜੀ, ਸਾਰਿਆਂ ਡੀਪੂਆਂ ਤੋਂ ਘੱਟ ਤੋਂ ਘੱਟ 700 ਕਾਰਡ ਕੱਟਤਾ ਜੀ ਇਹਨਾਂ ਨੇ। ਹਾਂਜੀ, ਕੱਟੇ ਗਰੀਬ ਪਰਿਵਾਰਾਂ ਦੇ ਗਏ ਆ ਜੀ, ਤੁਸੀਂ ਤਗੜੇ ਲੋਕ ਵੇਖ ਲਿਓ ਜੀ, ਇੱਥੇ ਥੋੜੇ ਦਿਨਾਂ ਨੂੰ ਕਣਕ ਮਿਲਣੀ ਆ, ਜਿਨ੍ਹਾਂ ਦੀ ਕੋਈ 50-50 ਕਿੱਲੇ ਪੈਲੀ ਆ, ਜਿਨ੍ਹਾਂ ਦੀ 50-50 ਕਿੱਲੇ ਪੈਲੀ ਆ, ਉਹ ਮਹਾਰਾਜ ਟਰਾਲੀਆਂ ਲੱਦ ਲੱਦ ਕੇ ਖੜ ਰਹੇ ਆ। 50 ਕਿੱਲੇ ਵਾਲੇ ਵੀ ਲਾਈਨ 'ਚ ਲੱਗੇ ਹੁੰਦੇ ਆ। ਪਹਿਲੀ ਤਾਂ ਗੱਲ, ਉਹਨਾਂ ਨੂੰ ਲਾਈਨ 'ਚ ਲੱਗਣ ਹੀ ਨਹੀਂ ਦਿੰਦੇ ਡੀਪੂ ਵਾਲੇ ਮਹਾਰਾਜ, ਉਹਨਾਂ ਨੂੰ ਉਤਰਾ ਹੀ ਫੋਨ ਕਰ ਦਿੰਦੇ ਆ, ਭਾਵੇਂ ਰਾਤ ਨੂੰ ਆ ਜਾਓ ਤੁਹਾਡੀ ਕਣਕ ਪਈ ਹੋਊਗੀ ਲੱਦ ਕੇ ਲੈ ਜਾਓ ਜੀ। ਤੇ ਗਰੀਬ ਲੋਕ ਜਿਹੜੇ ਤੜਕੇ ਵਿਚਾਰੇ ਜਾਂਦੇ ਆ, ਉਹਨਾਂ ਨੂੰ ਤਾਂ ਵੀ ਨਹੀਂ ਕਣਕ ਦਿੰਦੇ, ਲਾਈਨਾਂ 'ਚ ਲੱਗੇ ਹੁੰਦੇ ਆ, ਤਗੜੇ ਮਗਰੋਂ ਆਉਂਦੇ ਆ, ਪਹਿਲਾਂ ਆਣ ਕੇ ਕਣਕ ਲੈ ਕੇ ਗਾਂਹ ਜਾਂਦੇ ਆ ਜੀ। ਬਾਬਾ ਜੀ ਤੁਹਾਡਾ ਕੀ ਨਾਮ ਹੈ? ਮੇਰਾ ਸ਼ਾਮ ਸਿੰਘ ਨਾਮ ਹੈ ਜੀ। ਸ਼ਾਮ ਸਿੰਘ ਜੀ, ਤੁਹਾਨੂੰ ਕੀ ਮੁਸ਼ਕਲ ਆਈ? ਬੇਟੀ ਜੀ, ਸਾਡੇ 5 ਜੀਆਂ ਦੀ ਕਣਕ ਮਿਲਦੀ, ਪਹਿਲਾਂ ਹੁਣ 3 ਦੀ ਦਿੰਦੇ, 2 ਦੀ ਦਿੰਦੇ ਨਹੀਂ, ਤੇ ਉਹ ਅੱਗੋਂ ਲੜਨ ਪੈਂਦੇ ਨੇ, ਉਹ
ਆਉਂਦੇ ਤੁਹਾਡੀ ਕੱਟੀ ਗਈ ਆ, ਕੱਟੀ ਗਈ ਆ, ਮੇਰੇ ਕੱਟੀ ਨੂੰ 4 ਸਾਲ ਹੋ ਗਏ, ਕੋਈ ਨਹੀਂ ਸੁਣ ਡਿਆ ਜੀ। ਤੁਸੀਂ ਜ਼ਿਮੀਂਦਾਰ ਫੈਮਿਲੀ ਹੋ? ਨਹੀਂ ਜੀ, ਅਸੀਂ ਤਾਂ ਸੇਵਾ ਕਰਦੇ ਹਾਂ ਗੁਰੂ ਘਰ ਜੀ। ਅੱਛਾ ਅੱਛਾ, ਨਹੀਂ ਤੁਹਾਡੀ ਪੈਲੀ ਨਹੀਂ ਹੈਗੀ? ਨਹੀਂ, ਪੈਲੀ ਹੈ ਨਹੀਂ, ਪੈਲੀ ਨਹੀਂ ਹੈਗੀ। ਹਾਂਜੀ, ਪਤਾ ਕੀ ਨਾਂ ਤੁਹਾਡਾ? ਇਹ ਭਾਜੀ ਗੁਰਮੀਤ ਕੌਰ। ਗੁਰਮੀਤ ਕੌਰ ਜੀ, ਕੀ ਮੁਸ਼ਕਲ ਹੈ ਤੁਹਾਡੀ? ਇਹ ਮੁਸ਼ਕਲ ਹੈ ਵੀ ਕਣਕ ਨੂੰ 8-9 ਸਾਲ ਹੋ ਗਏ ਨਹੀਂ ਮਿਲੀ, ਤੇ ਗਰੀਬਣੀ ਮੈਂ ਹੈਗੀ ਆ, ਮਾਕੇ ਖਾਣ ਵਾਲੀ ਸਾਂਸੀ ਸਿੰਘ ਹੁੰਦੇ ਆ, ਇੱਕ ਬੱਚਾ ਵਾ, ਤੇ ਕਣਕ ਸਾਨੂੰ 6 ਜਾਣਿਆਂ ਨੂੰ ਨਹੀਂ ਮਿਲਦੀ। ਮੁਸ਼ਕਲਾਂ ਤੇ ਚਲੋ ਪਿੰਡਾਂ ਚ ਬਥੇਰੀਆਂ ਹੁੰਦੀਆਂ, ਤੇ ਕਣਕ ਦੀ ਜ਼ਿਆਦਾ ਮੁਸ਼ਕਲ ਆ। ਕਣਕ ਨੂੰ 3-4 ਮਹੀਨੇ ਹੋ ਗਏ ਕੱਟੀ ਆ। 3-4 ਮਹੀਨੇ ਹੋ ਗਏ ਕੱਟੀ? ਹਾਂਜੀ। ਤੁਸੀਂ ਮੌਜੂਦਾ ਮੈਂਬਰ ਵੀ ਰਹੇ ਹੋ? ਹਾਂਜੀ, ਮੈਂਬਰ ਵੀ ਰਹੇ ਹਾਂ। ਅੱਛਾ ਜੀ, ਕੀ ਕਹਿਣਾ ਚਾਹੋਗੇ ਸਰਕਾਰ ਨੂੰ? ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਕਣਕ ਸਾਡੀ ਸਾਨੂੰ ਮਿਲੀ ਜਾਵੇ। ਕਿੰਨੇ ਕੁ ਪਰਿਵਾਰ ਜਿਨ੍ਹਾਂ ਦੀ ਕੱਟੀ ਗਈ? ਇੱਥੇ ਕੋਈ 700 ਪਰਿਵਾਰ ਆ ਜਿਨ੍ਹਾਂ ਦੀ, 700 ਤੇ ਘਾਟ ਆ, ਤੇ ਪਰਿਵਾਰ ਤੇ ਜ਼ਿਆਦਾ ਹੋਣਗੇ। ਕੱਟੀ ਕਿੰਨੇ ਕੁ ਦੀ ਗਈ ਆ? 700 ਕਾਟ ਕੱਟਿਆ ਵਾ ਨਾ, ਸਾਰੇ ਕਾਟ ਕੱਟਿਆ। ਹਾਂਜੀ, ਸਾਰੇ ਪਿੰਡ ਚੋਂ, ਸਾਰੇ ਸੁਰ ਸਿੰਘ ਦਾ ਕੱਟੀ ਆ ਮੇਰੀ ਵੀ। ਕਿੰਨੇ ਦਿਨਾਂ ਤੋਂ ਕੱਟੀ ਤੁਹਾਡੀ ਕਾਰਡ? ਮੇਰੀ ਤਾਂ ਸਾਲ ਸਾਰਾ ਹੋ ਚੱਲਿਆ ਜੀ। ਸਾਲ ਹੋ ਗਿਆ? ਹਾਂ ਹਾਂ। ਸਾਲ ਦੀ ਮਿਲੀ ਨਹੀਂ ਗਈ? ਨਾ। ਤੁਸੀਂ ਕਿਸੇ ਕੋ ਪਹੁੰਚ ਕੀਤੀ ਸਰਕਾਰ? ਨਾ ਨਾ, ਪੁੱਤ ਇਹਨਾਂ ਨੂੰ ਦੱਸਦੇ ਰਹੇ ਡਿਪੂ ਵਾਲੇ ਨੂੰ, ਤੁਰਕ ਨੂੰ ਦੱਸਣਾ। ਕੀ ਕਹਿੰਦੇ? ਆਹ ਨੈਟ ਤੇ ਨਾਂ ਨਹੀਂ ਚੜਿਆ ਡਿਪੂ ਵਾਲੇ। ਕੀ ਕਹਿੰਦੇ? ਆਂਦੇ ਨੈਟ ਤੇ ਨਾਂ ਨਹੀਂ ਚੜਿਆ। ਨੈਟ ਤੇ ਨਾਂ ਨਹੀਂ ਚੜਿਆ? ਆਹ ਚਲੋ ਠੀਕ। ਹਾਂਜੀ, ਕੀ ਨਾਂ ਤੁਹਾਡਾ? ਮੇਰਾ ਨਾਂ ਸਰਜੀਤ ਸਿੰਘ ਹੈ ਜੀ। ਤੁਹਾਡੀ ਕਣਕ ਕੱਟੀ ਗਈ ਹੈ? ਕਣਕ ਕੱਟੀ ਗਈ ਹੈ ਜੀ। ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਜੀ ਵੀ ਇਹ ਜਿੰਨੇ ਆ ਸਾਰੇ ਗਰੀਬ ਪਰਿਵਾਰਾਂ ਦੀ ਕਣਕ ਕੱਟੀ ਗਈ ਆ, ਤਗੜੇ ਕਿਸੇ ਦੀ ਵੀ ਕਣਕ ਨਹੀਂ ਜੇ ਕੱਟੀ। ਅਸੀਂ ਬੜੀ ਭੱਜ ਨੱਸ ਕਰ ਲਈ ਆ, ਇੱਥੋਂ ਤੱਕ ਜਿਹੜੇ ਹੈਗੇ ਨੇ ਆਪਣੇ ਇੰਸਪੈਕਟਰ, ਉਹਨਾਂ ਦੇ ਵੀ ਜਾ ਕੇ ਡਿਪੂਆਂ ਵਾਲਿਆਂ ਨੂੰ ਮਿਲੋ, ਜੋ ਵੀ ਕੰਮ ਹੋਇਆ ਵਾ ਇਹ ਡਿਪੂਆਂ ਵਾਲੇ ਕਰਾ ਸਕਦੇ ਆ। ਡਿਪੂਆਂ ਵਾਲਿਆਂ ਕਟਾਈ ਆ, ਡਿਪੂਆਂ ਵਾਲੇ ਚਾਲੂ ਕਰ ਸਕਦੇ ਆ। ਕਣਕ ਜਿੰਨੀ ਵੀ ਕੱਟੀ ਆ ਸਾਰੇ ਮਾੜਿਆਂ ਪਰਿਵਾਰਾਂ ਦੀ ਕੱਟੀ, ਤਗੜੇ ਕਿਸੇ ਦੀ ਕਣਕ ਨਹੀਂ ਕੱਟੀ, ਕਿਸੇ ਦੇ 10 ਕਿੱਲੇ ਆ, ਕਿਸੇ ਦੇ 20 ਕਿੱਲੇ ਆ। ਉਹ ਫੋਨ ਕਰਦੇ ਆ ਤੇ ਉਹ ਕਣਕ ਆਪਦੀ ਚੁੱਕ ਕੇ ਲੈ ਜਾਂਦੇ ਆ, ਸਾਹਮਣੇ ਨਹੀਂ ਉਹ ਆਉਂਦੇ। ਇਹ ਗਰੀਬਾਂ ਸਾਰਿਆਂ ਦੀ ਕਣਕ ਕੱਟੀ ਗਈ ਆ, ਆ ਵੇਖ ਲਓ ਕਿੰਨੀ ਫੌਜ ਆ, ਤੇ ਕਈਆਂ ਤੋਂ ਨਹੀਂ ਇੱਥੇ ਪਹੁੰਚਿਆ ਗਿਆ, ਅਲੋਸਮੈਂਟ ਕਰਾਈ ਆ। ਘੱਟੋ ਘੱਟ ਇੱਥੇ 200 ਪਰਿਵਾਰ ਆ ਜਿਹੜਾ ਇੱਥੇ ਪਹੁੰਚਿਆ ਏ, ਬਾਕੀ ਦਾ 700 ਪਰਿਵਾਰ ਦੀ ਕਣਕ ਮਾੜੇ ਦੀ ਕੱਟੀ ਗਈ ਆ ਗਰੀਬਾਂ ਦੀ। ਇਹ ਸਾਰੇ ਗਰੀਬ ਪਰਿਵਾਰਾਂ ਦੀ ਕੱਟੀ ਗਈ ਜਾਂ ਹੋਰ ਵੀ ਕੋਈ ਬੰਦਾ ਹੈਗਾ? ਨਹੀਂ ਜੀ, ਸਾਰੇ ਗਰੀਬਾਂ ਦੀ ਕੱਟੀ ਆ, ਸਾਰੇ ਗਰੀਬ ਵੇਖ ਲੋ, ਇੱਥੇ ਤਗੜਾ ਕੋਈ ਬੰਦਾ ਨਹੀਂ ਹੈਗਾ। ਨਹੀਂ, ਕੋਈ ਪੈਲੀ ਬੰਨੇ ਵਾਲੇ ਬੰਦੇ, ਉਹਨਾਂ ਦੀ ਵੀ ਕੱਟੀ ਗਈ ਆ? ਨਹੀਂ ਜੀ, ਪੈਲੀ ਬੰਨੇ ਵਾਲੇ ਕਿਸੇ ਦੀ ਨਹੀਂ ਕੱਟੀ ਕਣਕ। ਹਾਂਜੀ, ਇਹ ਸਭ ਗਰੀਬਾਂ ਦੀ ਕੱਟੀ, ਇੱਥੇ ਕੋਈ ਪੈਲੀ ਬੰਨੇ ਵਾਲਾ ਆਇਆ ਹੀ ਨੀਗਾ। ਜੇ ਉਹਨਾਂ ਨੂੰ ਕੋਈ ਮੁਸ਼ਕਿਲ ਹੁੰਦੀ ਤਾਂ ਇੱਥੇ ਆਉਂਦੇ। ਜਦੋਂ ਕਣਕ ਕੱਟੀ ਜਾਂਦੀ ਆ ਉਹਦੀ ਕੋਈ ਆ ਕੇ ਇਨਕੁਆਇਰੀ ਹੁੰਦੀ ਵੀ ਕਿਹੜਾ ਬੰਦਾ ਲੈਣ ਯੋਗ ਆ ਕਿਹੜਾ ਨਹੀਂ ਲੈਣ ਯੋਗ? ਕੋਈ ਆਇਆ ਇਨਕੁਆਇਰੀ ਕਰਨ ਵਾਸਤੇ? ਨਹੀਂ ਜੀ, ਕੋਈ ਨਹੀਂ ਪਹੁੰਚਿਆ। ਕੋਈ ਨਹੀਂ ਪਹੁੰਚਿਆ, ਆਪਣੇ ਆਪ ਹੀ ਕੱਟ ਦਿੱਤੇ ਆ? ਆਪਣੇ ਆਪ ਵੀ ਕੱਟੇ ਗਏ ਆ। ਮੇਰਾ ਨਾਮ ਪੈਲੀ ਬੰਨਾ ਹੈਗਾ ਵਾ, ਨਾ ਕਮਾਉਣ ਵਾਲਾ ਹੀ ਹੈਗਾ ਕੋਈ, ਨਾ ਕੋਈ ਕਮਾਉਣ ਵਾਲਾ ਹੈ। ਪਰਿਵਾਰ 'ਚ ਕੌਣ ਕੌਣ ਜੇ? ਪਰਿਵਾਰ 'ਚ ਅਸੀਂ ਦੋਵੇਂ ਆ, ਮੀਆਂ ਬੀਬੀ। ਅੱਛਾ, ਬਜ਼ੁਰਗ ਤੁਹਾਡਾ? ਹਾਂਜੀ। ਤੇ ਬੱਚੇ ਬੁੱਚੇ ਤੁਹਾਡੇ? ਬੱਚਾ ਨਹੀਂ ਮੇਰਾ ਕੋਈ, ਮੇਰੀਆਂ ਗੁੱਡੀਆਂ ਸੀ, ਉਹ ਵਿਆਹ ਤੇ ਕਰਦੇ। ਉਹ ਵਿਆਹ ਤੇ? ਹਾਂਜੀ। ਦੋਵੇਂ ਜੀ ਰਹਿੰਦੇ ਹੋ? ਹਾਂਜੀ। ਤੁਹਾਡੀ ਪੈਲੀ ਵੀ ਨਹੀਂ ਹੈਗੀ? ਹਾਂਜੀ। ਤੁਹਾਡਾ ਕਾਰਡ ਕੱਟਤਾ? ਹਾਂ, ਸਾਡਾ ਕਾਰਡ ਕੱਟ। ਕਿੰਨੇ ਚਿਰ ਤੋਂ ਕੱਟਿਆ ਗਿਆ? ਸਾਡੇ 4 ਮਹੀਨੇ ਹੋ ਗਏ ਜੀ। 4 ਮਹੀਨੇ ਹੋ ਗਏ? ਹਾਂਜੀ। ਚਲੋ, ਕੌਣ ਇਹ? ਇੱਕ ਗੱਲ ਦੱਸਾਂ ਚੰਦਨ ਜੀ, ਮੈਂ ਬ੍ਰਦਰ, ਮੇਰੀ ਸੁਣ ਲਓ ਜੀ ਗੱਲ।
ਮੈਂ ਮੇਰਾ ਵੀਰ ਜੇ ਹੁਣ ਮੈਨੂੰ ਜੇ ਕਣਕ ਦੀ ਰਿਸਪੋਂਸੀਬਿਲਟੀ ਯਾਰ ਤੁਹਾਡੀ ਆ, ਵੇਖੋ ਜੇ ਮੈਂ ਵੀਰੇ ਮੈਨੂੰ ਇੱਦਾਂ ਪਿੰਡਾਂ 'ਚ ਲਾਮੇ ਮਿਲੇ ਤਾਂ ਮੈਂ ਤੁਹਾਡਾ ਸਾਰਾ ਜਿਹੜਾ ਹੈਗਾ ਵਾ ਜੀ ਇਹ ਤੁਹਾਨੂੰ ਇਹਨਾਂ ਦੇ ਸਾਰਿਆਂ ਨੂੰ ਤੁਸੀਂ ਫਿਰ ਆਪਣੀਆਂ ਬਦਲੀਆਂ ਕਰਾ ਕੇ ਹੋਰ ਚੱਲ ਜਾਓ, ਮੈਂ ਨਵੇਂ ਬੰਦੇ ਲੈ ਆਊਂਗਾ ਜੀ, ਕਿਉਂਕਿ ਮੈਨੂੰ ਲਾਮੇ ਨਹੀਂ ਵੀਰੇ, ਮੈਂ ਲੋਕਾਂ ਤੋਂ ਲਾਮੇ ਨਹੀਂ ਸੁਣਨੇ। ਜਾਂ ਇੱਕ ਗੱਲ ਦੱਸੋ ਜੀ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਮੇਰਾ ਵੀਰ ਕੋਈ ਤੁਹਾਡੇ ਤੋਂ ਮੇਰਾ ਬੰਦਾ ਕੋਈ MLA ਦਾ ਬੰਦਾ ਕੋਈ ਮਹੀਨਾ ਲੈਂਦਾ? ਵੈਰੀ ਗੁੱਡ, ਫਿਰ ਮੈਂ ਕਿਉਂ ਲਾਮੇ ਸੁਣਾ ਜੀ ਲੋਕਾਂ ਦੇ? ਜਾਂ ਮੇਰਾ ਵੀਰ ਮੈਂ ਕੋਈ ਡੀਪੂਆਂ ਤੋਂ ਹਿੱਸੇ ਲੈਂਦਾ? ਵੈਰੀ ਗੁੱਡ, ਫਿਰ ਮੈਨੂੰ ਮੈਂ ਲੋਕਾਂ ਦੇ ਗਰੀਬ ਲੋਕ ਇਹ ਤਾਂ ਫਿਰ ਇਹੋ ਹੀ ਸਮਝਦੇ ਹੋਣਗੇ ਨਾ ਵੀ ਪਤਾ ਨਹੀਂ ਜੀ ਕੋਈ MLA ਨੇ ਹਿੱਸਾ ਰੱਖਿਆ ਹੋਊਗਾ ਜਾਂ ਸਾਨੂੰ ਨਹੀਂ ਮਿਲਦੀ, ਅਤੇ ਫਿਰ ਮੈਂ ਕਿ ਜ਼ਿੰਮੇਵਾਰੀ ਤੁਹਾਡੀ ਹੈ ਜੀ ਇਹਦਾ ਜਵਾਬਦੇਹੀ ਬਣਾਓ ਉਹਨਾਂ ਲੋਕਾਂ ਨੂੰ, ਨਹੀਂ ਮੈਨੂੰ ਮੇਰੇ ਬ੍ਰਦਰ ਇੱਕ ਤਾਂ ਹਾਂ ਜਿਹੜੀ ਕਮੇਟੀ ਵੇਖੋ ਜਿਹੜੀਆਂ ਕਮੇਟੀਆਂ ਇੱਕ ਵਿਜੀਲੈਂਸ ਕਮੇਟੀਆਂ ਵੀ ਪਿੰਡਾਂ 'ਚ ਬਣੀਆਂ ਹੋਈਆਂ ਜਿਹੜੀਆਂ ਕਮੇਟੀਆਂ ਵਾ, ਤੁਸੀਂ ਕਮੇਟੀਆਂ ਨੂੰ ਨਾਲ ਬਿਠਾ ਕੇ ਲੋਕਾਂ ਦੇ ਸਾਹਮਣੇ ਕਣਕ ਦੇ ਜੀ ਪਹਿਲੀ ਗੱਲ ਤੁਸੀਂ ਆਪ ਆਣ ਕੇ ਵੰਡਾਓ, ਇੱਕ ਡੀਪੂ ਵਾਲੇ ਨੂੰ ਉਹਨਾਂ ਨੂੰ ਬੰਦੇ ਦੇ ਪੁੱਤ ਬਣਾਓ ਜੀ, ਇਹਨਾਂ ਨੂੰ ਕਹੋ ਜੀ ਤੁਸੀਂ ਇੰਨੇ 'ਤੇ ਤੁਹਾਡੇ ਪਿਓ ਦਾ ਰਾਜ ਨਹੀਂ ਗਾ ਇੱਥੇ। ਹਾਂ, ਇੱਕ ਲੋਕਾਂ ਨੂੰ ਇਹ ਬੋਲਦੇ ਮਾੜਾ ਵਾ, ਇਹਨਾਂ ਨੂੰ ਗੱਲ ਦੱਸੋ। ਇੱਕ ਮੈਂ ਇੱਥੇ ਹੁਣ ਮੇਰੇ ਕੋਲ ਇੱਕ ਵੀਡੀਓ ਆਈ ਹੈ ਜੀ, ਇੱਕ ਬੰਦੇ ਨੂੰ ਉਹ ਬੋਲ ਰਿਹਾ ਜੀ ਜਾਂ ਮੈਂ ਤੈਨੂੰ ਨਹੀਂ ਕਣਕ ਦੇਣੀ, ਉਹਨੂੰ ਕੋਈ ਤੇਰੇ ਪਿਓ ਦਾ ਰਾਜ ਆ? ਜਦੋਂ ਤੁਸੀਂ ਗਰੀਬ ਲੋਕਾਂ ਦਾ ਜਦੋਂ ਆਪਾਂ ਜਦੋਂ ਸਰਕਾਰ ਕਣਕ ਦੇ ਰਹੀ ਆ ਤੇ ਡੀਪੂ ਹੋਲਡਰ ਇਹ ਗੱਲ ਕਿਉਂ ਕਹੇ ਜੀ ਲੋਕਾਂ ਨੂੰ? ਹਾਂਜੀ ਸਰ, ਜਿਹੜੇ ਗਰੀਬ ਪਰਿਵਾਰਾਂ ਦੇ ਕਾਰਡ ਕੱਟੇ ਗਏ ਤੁਹਾਨੂੰ ਮਿਲਣ ਵਾਸਤੇ ਆਏ ਆ, ਕੀ ਕਹਿਣਾ ਚਾਹੁੰਦੇ? ਮੇਰੇ ਵੀਰ ਬਿਲਕੁਲ ਆ, ਜਿਹੜੇ ਵਿਚਾਰੇ ਖੜੇ ਆ ਲੋਕ, ਮੈਨੂੰ ਨਹੀਂ ਲੱਗਦਾ ਵੀ ਇਹ ਵਿਚਾਰੇ ਇਹਨਾਂ ਦੇ ਵਿੱਚ ਕੋਈ ਜਿਹੜਾ ਵਾ ਅਮੀਰ ਹੋਵੇ, ਸਾਰੇ ਹੀ ਮਾਤੜ ਬੰਦੇ ਆ ਤੇ ਇਹ ਜਿਹਨੇ ਵੀ ਕੋਈ ਮਿਸਟੇਕ ਕੀਤੀ ਆ ਇਹ ਬਹੁਤ ਮਾੜੀ ਗੱਲ ਕੀਤੀ, ਉਹਨੇ ਗਲਤੀ ਕੀਤੀ ਆ, ਕਿਉਂਕਿ ਮੈਂ ਕਹਿੰਦਾ ਵੀ ਜਿਹੜੇ ਅਧਿਕਾਰੀ ਆ ਜਿਹੜੇ ਬੰਦੇ ਵੀ ਜੇ ਉਹਨਾਂ ਨੇ ਮਤਲਬ ਕੱਟਣੇ ਵੀ ਸੀ ਉਹ ਪੂਰੀ ਵੈਰੀਫਿਕੇਸ਼ਨ ਕਰਕੇ ਕੱਟਦੇ, ਜਿਹੜਾ ਕੋਈ ਵਾਕਈ ਕੋਈ ਜਿਹੜਾ ਬੰਦਾ ਜਿਹਦੇ ਕੋਲ ਜਾਇਦਾਦ ਹੈਗੀ ਆ, ਜਿਹਦੇ ਕੋਲ ਕੋਈ ਜ਼ਮੀਨ ਹੈਗੀ ਆ, ਉਹ ਵੀ ਕੋਈ 20 ਕਿੱਲੇ ਵਾਲਾ ਜ਼ਮੀਨ ਜਾਂ 10 ਕਿੱਲੇ ਵਾਲਾ ਮਾਤੜ, ਜੇ ਜ਼ਿਮੀਂਦਾਰ ਦੇ ਵੀ ਨਹੀਂ ਕੱਟਣੇ ਚਾਹੀਦੇ ਅਤੇ ਗਰੀਬਾਂ ਦੇ ਵੀ ਨਹੀਂ ਕੱਟਣੇ ਚਾਹੀਦੇ। ਇਹ ਆਪਾਂ ਮਤਲਬ ਜਿਹੜਾ ਵਾ ਮੈਂ ਇਹਨਾਂ ਨੂੰ ਕਹਿ ਦਿੱਤਾ ਕਿ ਇੱਕ ਜਿਹੜੀ ਐਪਲੀਕੇਸ਼ਨ ਲਿਖ ਕੇ ਦੇਣ ਜਿਨ੍ਹਾਂ ਦੇ ਕੱਟੇ ਗਏ ਆ, ਇੱਕ ਤਾਂ 10-15 ਦਿਨਾਂ ਤੱਕ ਵੈਸੇ ਵੀ ਨਵੇਂ ਸਿਰ ਤੋਂ ਸਾਰੇ ਜਿਹੜੇ ਕਾਰਡ ਉਹ ਬਣਨੇ ਸ਼ੁਰੂ ਹੋ ਰਹੇ ਆ, ਦੁਬਾਰਾ ਸਾਰੇ ਕਾਰਡ ਹੀ ਨਵੇਂ ਬਣਨੇ ਆ। ਸਰ ਇਹ ਜਿਨ੍ਹਾਂ ਤੋਂ ਹੁਣ ਜਿਨ੍ਹਾਂ ਦੇ ਅੱਜ ਕਾਰਡ ਕੱਟੇ ਗਏ ਆ ਇਹਨਾਂ ਨੂੰ ਕੀ ਹੁਣ ਕਣਕ ਦਿੱਤੀ ਜਾਊਗੀ ਇਸ ਵਾਰ? ਨਹੀਂ ਵੀਰੇ, ਕਣਕ ਅੱਜ ਮੈਂ ਕੋਈ ਮੀਡੀਆ ਦੇ ਸਾਹਮਣੇ ਗਲਤ ਨਹੀਂ ਗੱਲ ਕਰਕੇ ਜਾਊਂਗਾ, ਪਹਿਲਾਂ ਤਾਂ ਇਹਨਾਂ ਤੋਂ ਐਪਲੀਕੇਸ਼ਨ ਲੈ ਕੇ ਉਹ ਜਿਹੜੀ ਆ ਉਹ ਨਾਲ ਹੀ ਅਧਿਕਾਰੀਆਂ ਨੂੰ ਕਹਿੰਦੇ ਆ ਵੀ ਦੱਸੋ ਇਹਨਾਂ ਦੇ ਕਿਉਂ ਕੱਟੇ ਗਏ ਤੇ ਫਿਰ ਇਹਨਾਂ ਦਾ ਕੋਈ ਪ੍ਰਬੰਧ ਕਰਵਾਉਣਾ। ਸਰ ਜਦੋਂ ਵੀ ਲੋਕ ਤੁਹਾਡੇ ਕੋਲ ਆਉਂਦੇ ਨੇ ਪਿਛਲੀਆਂ ਸਰਕਾਰਾਂ ਨੂੰ ਉਸੇ ਤਰ੍ਹਾਂ ਹੀ ਲਾਰਾ ਲਾਇਆ ਜਾਂਦਾ, ਕੀ ਗੱਲ ਜਿਹੜਾ ਡੀਪੂ ਹੋਲਡਰ ਆ ਪਿੰਡ ਦੇ ਵਿੱਚ ਉਹਨੂੰ ਇਕੱਲੇ ਘਰ ਦਾ ਪਤਾ ਹੁੰਦਾ ਵੀ ਕਿਹੜਾ ਲੈਣ ਯੋਗ ਆ ਜਿਹੜਾ ਨਹੀਂ, ਪਰ ਅਮੀਰਾਂ ਦੇ ਜਿਹੜੇ ਆ ਉਹਨਾਂ ਦੇ ਰਹਿ ਜਾਂਦੇ ਆ, ਹਰ ਵੇਲੇ ਡਾਂਗ ਗਰੀਬਾਂ ਦੀ ਕਿਉਂ ਡਿੱਗਦੀ ਆ? ਤੁਹਾਡੀ ਸਰਕਾਰ 'ਚ ਵੀ ਇਹੋ ਕੁਝ ਹੋ ਰਿਹਾ? ਮੇਰੇ ਵੀਰ ਪਤਾ ਕੀ ਹੈ ਜੀ, ਜਿਹੜੇ ਵੇਖੋ ਜਿਹੜੀ ਆਪਾਂ ਗੱਲ ਕਰੀਏ ਡੀਪੂ ਹੋਲਡਰਾਂ ਦੀ, ਹਾਂਜੀ ਡੀਪੂ ਹੋਲਡਰ ਮੇਰੇ ਵੀਰ ਇਹ ਬੜੀ ਵੱਡੀ ਇਹ ਕੋ ਜਿਹੜਾ ਜਾਂ ਤਾਂ ਕੋਈ ਕਾਨੂੰਨ ਦੇ ਵਿੱਚ ਸੋਧ ਹੋਵੇ, ਕਾਨੂੰਨ 'ਚ ਸੋਧ ਇਹ ਹੋਵੇ ਵੀ ਜਿਹੜੇ ਡੀਪੂ ਬਣੇ ਹੋਏ ਆ, ਡੀਪੂ ਅੱਜ ਕੋਈ ਆਮ ਆਦਮੀ ਪਾਰਟੀ ਨੇ ਡੀਪੂ ਨਹੀਂ ਲੋਕਾਂ ਨੂੰ ਦਿੱਤੇ ਡੀਪੂ। ਮੇਰਾ ਵੀਰ ਜਿਹੜੀਆਂ ਮੇਰੀ ਗੱਲ ਸੁਣੋ ਜੀ, ਤੁਸੀਂ ਸਵਾਲ ਸੁਣੋ ਜੀ ਮੇਰਾ, ਤੁਹਾਡਾ ਸਵਾਲ ਹੀ ਮੈਂ ਆ ਰਿਹਾ ਵਾਂ। ਡੀਪੂ ਹੋਲਡਰ ਜਿਹੜੇ ਪੁਰਾਣੇ ਭਾਵੇਂ ਕੋਈ ਅਕਾਲੀ ਦਲ 'ਚ ਰਿਹਾ ਸੀ ਚਾਹੇ ਕੋਈ ਕਾਂਗਰਸ ਸੀ, ਉਹਨਾਂ ਲੋਕਾਂ ਕੋਲ ਡੀਪੂ ਨੇ ਅਤੇ ਕਿਤੇ ਨਾ ਕਿਤੇ ਇਹ ਵੀ ਮਿਸਟੇਕ ਜਿਹੜੀ ਉਹ ਕਰਦੇ ਆ, ਜਿਹੜੀ ਉਹ ਮਤਲਬ ਜਿਹੜੀ ਜਾਣ ਬੁੱਝ ਕੇ ਵੀ ਕਿਤੇ ਨਾ ਕਿਤੇ ਇਹ ਗੱਲਾਂ ਹੁੰਦੀਆਂ। ਜਿਹੜਾ ਅਫਸਰ ਕੱਟਦਾ ਜੀ ਇਹ ਡੀਪੂ ਕਾਰਡ ਕੱਟਦਾ ਜਿਹੜਾ, ਉਹਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਜੇ ਉਹ ਗਲਤ ਕਾਰਡ ਕੱਟੇ ਜਾਂਦੇ ਆ ਤੇ ਉਹਨੂੰ ਉਹਦੇ ਬਣਦੀ ਕਾਰਵਾਈ? ਮੈਂ ਉਹੀ ਗੱਲ ਕਰ ਰਿਹਾ ਵੀਰੇ, ਉਹੀ ਗੱਲ ਕਰ ਰਿਹਾ ਵੀ ਇਹਨਾਂ ਤੋਂ ਐਪਲੀਕੇਸ਼ਨ ਲੈ ਕੇ ਫਿਰ ਜਿਹੜੇ ਅਧਿਕਾਰੀ ਨੇ ਵੀ ਕੱਟੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗੇ। ਹੁਣ ਜਿਹੜੀ ਚੀਜ਼ ਅਜੇ ਅੱਜ ਆਪਣੇ ਕੋਲ ਸਾਹਮਣੇ ਆਈ ਹੈ ਗੱਲ,
ਇਹ ਇਹਨਾਂ ਨੇ ਆਹ ਸੁਰ ਸਿੰਘ ਵਾਲੇ ਭੈਣ ਭਰਾ ਬੈਠੇ ਆ, ਜੇ ਆਹ ਇਹਨਾਂ ਨੇ ਜੇ ਅੱਜ ਕੋਈ ਸਵਾਲ ਦੱਸਿਆ ਤਾਂ ਆਪਾਂ ਉਹਦੇ ਵਿਰੁੱਧ ਜੇ ਅੱਜ ਗੱਲ ਕੀਤੀ ਤਾਂ ਇਹਦੀ ਹੁਣ ਕੱਲ੍ਹ ਨੂੰ ਜਾਂ 2-10 ਦਿਨਾਂ 'ਚ ਗੱਲ ਕਰਾਂਗੇ, ਜੇ ਪਹਿਲਾਂ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਹੀ ਨਹੀਂ ਬਿਲਕੁਲ, ਅਤੇ ਉਹ ਚੀਜ਼ ਦਾ ਮੈਂ ਕੀ ਜਵਾਬ ਦੇ ਸਕਦਾ। ਸਰ ਇੱਕ